ਕਿਬੈਕ ਦੇ ਪ੍ਰੀਮੀਅਰ ਫਰਾਂਕੋਸ ਗੌਲਟ ਨੇ ਮੰਗਲਵਾਰ ਨੂੰ ਕੋਸ਼ਨਾ ਕੀਤੀ ਕਿ ਉਹਨਾਂ ਨੂੰ ਤਿੰਨ ਖੇਤਰਾਂ ਆਟੋਇਸ ਕਿਊਬੈਕਸਿਟੀ ਅਤੇ ਚੋਰੀਅਰ ਐਪਲੈਸ਼ ਦੇ ਵਿੱਚ ਕੋਵਿਡ-19 ਦੇ ਐਮਰਜੈਂਸੀ ਉਪਾਅ ਵਧਾਉਣੇ ਪੈਣਗੇ 3 ਮਈ ਤੱਕ ਇਸ ਦਾ ਅਰਥ ਹੈ ਕਿ ਇਨ੍ਹਾਂ ਖੇਤਰਾਂ ਦੇ ਸਾਰੇ ਸਕੂਲ ਬੰਦ ਰਹਿਣਗੇ ਅਤੇ ਕਰਫਿਊ جاری ਰਹੇਗਾ ਉਹਨਾਂ ਆਖਿਆ ਕਿ ਜਿਵੇਂ ਹੀ ਇਨ੍ਹਾਂ ਖੇਤਰਾਂ ਵਿੱਚ ਚੀਜ਼ਾਂ ਨੂੰ ਬਿਹਤਰ ਢੰਗ ਨਾਲ ਨਿਯੰਤਰਣ ਕੀਤਾ ਜਾਵੇਗਾ ਪ੍ਰਾਇਮਰੀ ਸਕੂਲ ਸਭ ਤੋਂ ਪਹਿਲਾਂ ਖੁੱਲਣਗੇ ਗੌਲਟ ਨੇ ਇਹ ਐਲਾਨ ਕੋਵਿਡ-19 ਬਰੀਫਿੰਗ ਦੇ ਦੌਰਾਨ ਕੀਤਾ ਜੋ ਸਿਹਤ ਮੰਤਰੀ ਕ੍ਰਿਸ਼ਟਿਨ ਡੂਬੇ ਅਤੇ ਜਨਤਕ ਸਿਹਤ ਨਿਰਦੇਸ਼ਕ ਹੋਰਾਸਿਓ ਰੂਦਾ ਦੇ ਨਾਲ ਹੋਈ। ਉਨ੍ਹਾਂ ਗਿਆ ਕਿ 45 ਅਤੇ ਇਸ ਤੋਂ ਵੱਧ ਉਮਰ ਦੇ ਲੋਕ ਬੁੱਧਵਾਰ ਤੋਂ ਐਸਟਰਾਜੈਨ ਦਾ ਕੋਵਿਡ-19 ਟੀਕਾ ਲਗਵਾਉਣ ਦੇ ਯੋਗ ਹੋਣਗੇ। ਇਹ ਪੁੱਛੇ ਜਾਣਤੇ ਕਿ ਉਨ੍ਹਾਂ ਨੇ ਕੁਵੈਕ ਹਵਾਈ ਅੱਡਿਆਂ ਤੇ ਦੂਜੇ ਸੂਬਿਆਂ ਤੋਂ ਹਵਾਈ ਯਾਤਰਾ ਨੂੰ ਬੰਦ ਕਰਨ ਜਾਂ ਇਸ ਤੇ ਲੋਕ ਲਗਾਉਣ ਦੇ ਬਾਰੇ ਸੋਚਿਆ ਖਾਸ ਕਰਕੇ ਅਨਟੇਰੀਓ ਦੀ ਸਥਿਤੀ ਨੂੰ ਵੇਖਦਿਆਂ ਤਾਂ ਲਗਵਾਤ ਨੇ ਆਖਿਆ ਕਿ ਉਹ ਪ੍ਰੀਮੀਅਰ ਡੈਂਕਫੋਰਡ ਅਤੇ ਫੈਡਰਲ ਸਰਕਾਰ ਦੋਹਾਂ ਨਾਲ ਸੂਬੇ ਵਿੱਚ ਯਾਤਰਾ ਕਰਨ ਅਤੇ ਨਾਲ ਹੀ ਉਡਾਣਾ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ। over the past uh, weeks, we've imposed tough restrictions to contain the third wave, but we see that those restrictions seems to be working. and we see that quebecers are not giving up the, the fight on the virus. i cannot thank you enough for this. with what's happening in ontario, we see how fragile the situation is. we're not immune to this in quebec. But for the moment, we're able to resist. We have to stay very careful. We still have three regions where the situation is worrying: Capital National, Shadzera, Palash, and Utawe. The number of new cases is stabilizing, but hospitalizations are increasing. This is why I'm announcing that the special emergency measures will continue until May 3rd. In these three regions, I know how difficult school at home is for the children, but there's a risk that will exceed our limit in hospitals. So we must do everything we can to reduce our contacts, and I can guarantee that the first thing will reopen will be primary schools. In Montreal and Laval, we're still resisting better than expected, but the situation is. Very fragile, so we must maintain the restriction. Elsewhere in Quebec, we're monitoring the situation very closely. The good news is that vaccination continues to accelerate and will now offer the AstraZeneca vaccine to people age 45 and over. I invite you to take this very efficient and safe vaccine. So, the vaccine is the way to regain our freedom, but that will only happen when a majority of Quebecers are vaccinated. We have to resist until then to have a great summer. I'm counting on you all. Thank you. Other Ontario 24 7 COVID 19 vaccination. ਕਰਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਇਹ ਪੇਸ਼ਕਸ਼ ਕਰਨ ਵਾਲੀਆਂ ਟੋਰਾਂਟੋ ਪੀਲ ਅਤੇ ਯੋਰਕ ਰੀਜਨ ਦੀਆਂ 20 ਵਿੱਚੋਂ 16 ਫਾਰਮੇਸੀਜ਼ ਹਨ ਕਈ ਫਾਰਮੇਸੀਜ਼ ਤਾਂ ਸਵੇਰ ਤੋਂ ਹੀ 24/7 ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀਆਂ ਹਨ ਇੱਕ ਪ੍ਰੈਸ ਰਿਲੀਜ਼ ਵਿੱਚ ਡਿਪਟੀ ਪ੍ਰੀਮੀਅਰ ਅਤੇ ਸਿਹਤ ਮੰਤਰੀ ਕ੍ਰਿਸਟਿਨ ਐਲੀਅਟ ਨੇ ਆਖਿਆ ਕਿ ਆਪਣੀਆਂ ਪਾਈਵਲ ਫਾਰਮੇਸੀਜ਼ ਨਾਲ ਕੰਮ ਕਰਕੇ ਅਸੀਂ ਇਹੋ ਯਕੀਨੀ ਬਣਾ ਰਹੇ ਹਾਂ ਕਿ ਜਿਹੜੀਆਂ ਕਮਿਊਨਿਟੀਆਂ ਇਸ ਸਮੇਂ ਸਭ ਤੋਂ ਵੱਧ ਰਿਸਕ ਉੱਤੇ ਹਨ ਉਹਨਾਂ ਦੇ ਵੀ ਕੋਵਿਡ-19 ਵੈਕਸੀਨੇਸ਼ਨ ਤੱਕ ਸੁਖਾਲੀ ਪਹੁੰਚ ਹੋ ਜਾਵੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਇਹ ਵੈਕਸੀਨ ਆਪਣੇ ਘਰ ਦੇ ਨੇੜੇ ਅਤੇ ਦਿਨ ਰਾਤ ਉਹਨਾਂ ਦੀ ਸਹੂਲਤ ਦੇ ਹਿਸਾਬ ਨਾਲ ਦਿੱਤੀ ਜਾ ਸਕੇ ਪ੍ਰੋਵਿੰਸ ਵਿਦਲੋ ਵੀ ਵਾਕ ਇਨ ਦੇ ਆਧਾਰ ਉੱਤੇ ਵੈਕਸੀਨੇਸ਼ਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਸਥਾਨਕ ਵਾਸੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਇਹਨਾਂ ਫਾਰਮੇਸੀਜ਼ ਉੱਤੇ ਜਾਣ ਤੋਂ ਪਹਿਲਾਂ ਇਹ ਯਕੀਨੀ ਬਣਾ ਲੈਣ ਕਿ ਉੱਥੇ ਵਾਕ ਇਨ ਵੈਕਸੀਨਸ ਲਗਾਈਆਂ ਜਾ ਰਹੀਆਂ ਹਨ ਕਿ ਨਹੀਂ ਤੇ ਦੂਜੇ ਪਾਸੇ ਸਿਟੀ ਆਫ ਟੋਰਾਂਟੋ ਅਤੇ ਪੀਲ ਰੀਜਨ ਦੇ ਵੱਲੋਂ ਕੋਵਿਡ-19 ਦੀ ਤੀਜੀ ਵੇਵ ਦੇ ਦੌਰਾਨ ਏਸੈਂਸ਼ੀਅਲ ਕੰਮ ਵਾਲੀਆਂ ਥਾਵਾਂ ਦੇ ਲਈ ਨਵੇਂ ਮਾਪਦੰਡ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਦੋਹਾਂ ਰੀਜਨਸ ਵੱਲੋਂ ਇੱਕ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਿਸ ਕਾਰੋਬਾਰੀ ਅਦਾਰੇ ਵਿੱਚ ਪਿਛਲੇ 14 ਦਿਨਾਂ ਵਿੱਚ ਵਾਇਰਸ ਦੇ 5 ਤੋਂ ਜ਼ਿਆਦਾ ਮਾਮਲੇ ਪਾਏ ਜਾਂਦੇ ਹਨ ਉਹ ਅਰਜੀ ਤੌਰ ਉਤੇ ਆਪਣਾ ਕੰਮਕਾਲ ਚ ਪੰਤ ਕਰ ਦੇਣ ਸਾਰਾ ਬਾਈ ਦੇ ਤਹਿਤ ਅਪਡੇਟ ਕੀਤੇ ਗਏ ਹੁਕਮਾਂ ਤਹਿਤ ਅਜਿਹੇ ਕਾਰੋਬਾਰਾਂ ਨੂੰ ਘੱਟੋ-ਘੱਟ 10 ਦਿਨਾਂ ਦੇ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਇਹ ਵੀ ਆਖਿਆ ਗਿਆ ਹੈ ਕਿ ਅਜਿਹੇ ਅਦਾਰਿਆਂ ਨੂੰ ਉਦੋਂ ਹੀ ਖੋਲਿਆ ਜਾਵੇ ਜਦੋਂ ਉਹਨਾਂ ਨੂੰ ਸੇਫ ਟਾਂਗ ਨਾਲ ਖੋਲਣਾ ਜਾਂ ਕੀ ਨਿਬਣਾ ਲਿਆ ਜਾਵੇ ਕੋਵਿਡ-19 ਤੋਂ ਸੰਕਰਮਿਤ ਹਰੇਕ ਕਰਮਚਾਰੀ ਨੂੰ ਸੈਲਫ ਆਈਸੋਲੇਸ਼ਨ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਅਜਿਹੇ ਕਰਮਚਾਰੀਆਂ ਨੂੰ ਉਦੋਂ ਤੱਕ ਕੰਮ ਨਾ ਕਰਨ ਦੇਣ ਤੇ ਵੀ ਹੁਕਮ ਹਨ ਜਦੋਂ ਤੱਕ ਉਹ ਪੂਰੀ ਤਰ੍ਹਾਂ ਸਿਹਤਯਾਬ ਨਹੀਂ ਹੋ ਜਾਂਦੇ ਮੇਅਰ ਜੌਨ ਟੋਡੀ ਨੇ ਆਖਿਆ ਕਿ ਸਿਟੀ ਸਲਾਹਕਾਰ ਐਸੈਂਸ਼ੀਅਲ ਵਰਕਰਸ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਸਿਟੀ ਆਫ ਟੋਰੰਟੋ ਦਾ ਕਹਿਣਾ ਹੈ ਕਿ ਕੁਝ ਕੰਮ ਵਾਲੀਆਂ ਥਾਵਾਂ ਜਿਵੇਂ ਕਿ ਹੈਲਥ케ਅਰ ਫੈਸਿਲਿਟੀਆਂ ਸਕੂਲਜ਼ ਚਾਈਲਡ ਕੇਅਰ ਸੈਂਟਰਸ ਅਤੇ ਕ੍ਰਿਟੀਕਲ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਇਨ੍ਹਾਂ ਨਵੇਂ ਨਿਯਮਾਂ ਤੋਂ ਛੋਟ ਮਿਲ ਸਕਦੀ ਹੈ ਰੀਜਨ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਟ੍ਰਾਂਟੋ ਨੇ ਵੀ ਇਸ ਤਰ੍ਹਾਂ ਦੇ ਮਾਪਦੰਡਾਂ ਦਾ ਐਲਾਨ ਕਰ ਦਿੱਤਾ ਸਿਟੀ ਦੇ ਉੱਚ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਕੋਵਿਡ-19 ਦੇ ਮਾਮਲੇ ਵੇਰੀਐਂਟਸ ਨਾਲ ਜੁੜੇ ਹੋਏ ਹਨ ਅਤੇ ਇਸ ਲਈ ਇਹ ਤੇਜ਼ੀ ਨਾਲ ਫੈਲ ਰਹੇ ਹਨ ਅਤੇ ਇਸ ਕਰਕੇ ਅਜਿਹਾ ਫੈਸਲਾ ਲੈਣਾ ਜ਼ਰੂਰੀ ਸੀ ਮਿਸਿਸ ਆਗਾਦੀ ਮੇਅਰ ਬੋਨੀ ਕ੍ਰੋਮ ਵੀ ਦਾ ਕਹਿਣਾ ਹੈ ਕਿ ਉਹ ਵੀ ਇਸ ਗੱਲ ਦੇ ਨਾਲ ਸਹਿਮਤ ਹਨ ਕਿ ਕੋਵਿਡ-19 ਦੇ ਮਾਮਲਿਆਂ ਨੂੰ ਠੱਲ ਪਾਉਣ ਦੇ ਲਈ ਇਹ ਕਦਮ ਚੁੱਕੇ ਜਾਣੇ ਜ਼ਰੂਰੀ ਸਨ ਤੇ ਮਹਾਮਾਰੀ ਨੂੰ ਲੈ ਕੇ ਚੱਲ ਰਹੀ ਚਿੰਤਾ ਅਤੇ ਕੰਮ ਵਿੱਚ ਰੁਝੀਆਂ ਜ਼ਿੰਦਗੀਆਂ ਦੇ ਦਰਮਿਆਨ ਸਾਲ ਦੇ ਸਮੇਂ ਇਨਕਮ ਟੈਕਸ ਫਾਈਲ ਕਰਨ ਦਾ ਇਰਾਦਾ ਕਾਫੀ ਵਿਲੱਖਣ ਹੈ ਇਸ ਦੌਰਾਨ ਕੈਨੇਡਾ ਰੈਵਨਿਊ ਏਜੰਸੀ CRA ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕੋਈ ਵੀ 30 April ਦੀ ਸਮਾਂ ਸੀਮਾ ਲੰਘ ਜਾਂਦਾ ਤੇ COVID-19 ਬੈਨੀਫਿਟ ਹਾਸਲ ਕਰਨ ਦੀ ਉਡੀਕ ਕਾਇਦਾ ਰਹਿੰਦਾ ਤਾਂ ਉਸ ਨੂੰ 2 ਮਹੀਨੇ ਦੀ ਦੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਕ ਤਾਜ਼ਾ ਪੋਸਟ ਵਿੱਚ CRA ਨੇ ਇਹ ਸਵੀਕਾਰ ਕੀਤਾ ਹੈ ਕਿ ਕੁਝ ਕੈਨੇਡੀਅਨਸ ਨੂੰ ਇਸ ਸਾਲ ਆਪਣਾ ਇਨਕਮ ਟੈਕਸ ਪਰਵਾਨ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਏਜੰਸੀ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਕਿਸੇ ਨੂੰ ਵੀ ਕੈਨੇਡਾ ਰਿਕਵਰੀ ਬੈਨੀਫਿਟ ਦਾ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਜਾਂ ਤਾਂ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਲਈ ਯੋਗਤਾ ਤੈਅ ਕਰਨ ਦੇ ਲਈ 2020 ਟੈਕਸ ਇਨਫੋਰਮੇਸ਼ਨ ਚਾਹੀਦੀ ਹੋਵੇਗੀ। ਤਿੰਨਾ ਪ੍ਰੋਗਰਾਮਾਂ ਦੇ ਤਹਿਤ ਇਹ ਸ਼ਰਤ ਹੈ ਕਿ ਬਿਨੇਕਾਰ ਨੇ 2019 ਅਤੇ 2020 ਵਿੱਚ ਘੱਟੋ-ਘੱਟ 5000 ਡਾਲਰ ਜਾਂ ਅਰਜੀ ਦੇਣ ਦੀ ਤਾਰੀਖ ਤੋਂ 12 ਮਹੀਨੇ ਪਹਿਲਾਂ ਇੰਨੀ ਹੀ ਰਕਮ ਕਮਾਈ ਹੋਵੇ। ਏਜੰਸੀ ਨੇ ਆਖਿਆ ਕਿ ਜੇ ਉਹਨਾਂ ਨੂੰ ਵਾਧੂ ਜਾਣਕਾਰੀ ਚਾਹੀਦੀ ਹੋਵੇਗੀ ਤਾਂ ਸੀਆਰਏ ਅਰਜੀ ਹਾਸਲ ਹੋਣ ਤੋਂ 8 ਹਫ਼ਤੇ ਤੱਕ ਉਸ ਸੰਬੰਧੀ ਪ੍ਰਕਿਰਿਆ ਪੂਰੀ ਕਰੇਗੀ। ਏਜੰਸੀ ਨੇ ਇਹ ਵੀ ਦੱਸਿਆ ਕਿ ਜੇ ਸਮੇਂ ਸਿਰ ਰਿਟਰਨ ਫਾਈਲ ਕੀਤੀ ਜਾਵੇਗੀ ਤਾਂ ਉਸ ਨੂੰ ਪ੍ਰੋਸੈਸ ਕਰਨ ਵਿੱਚ 3 ਤੋਂ 5 ਦਿਨ ਲੱਗਣਗੇ ਕੈਨੇਡਾ ਵਿੱਚ ਟੈਕਸ ਫਾਈਲ ਕਰਨ ਵਾਲੇ 90% ਲੋਕ ਆਨਲਾਈਨ ਹੀ ਇਹ ਟੈਕਸ ਫਾਈਲ ਕਰਦੇ ਹਨ ਪਿਛਲੇ ਹਫਤੇ ਫੈਡਰਲ ਸਰਕਾਰ ਉਤੇ ਕੰਜ਼ਰਵਟਿਵਜ਼ ਦੇ ਵੱਲੋਂ ਇਸ ਸਾਲ ਟੈਕਸ ਫਾਈਲ ਕਰਨ ਦੇ ਲਈ ਡੈਡਲਾਈਨ ਵਿੱਚ ਵਾਧਾ ਕਰਨ ਦੇ ਲਈ ਦਬਾਅ ਪਾਇਆ ਗਿਆ ਸੀ ਅਤੇ ਇਸ ਦੌਰਾਨ ਕਿਊਬੈਕ ਨੇ ਆਖਿਆ ਕਿ ਉਹ ਇਸ ਸਬੰਧ ਵਿੱਚ ਆਪਣੀ ਸਮਾਂ ਸੀਮਾ ਮਈ ਤੱਕ ਵਧਾਵੇਗਾ ਪਰ ਖਜ਼ਾਨਾ ਮੰਤਰੀ ਦੇ ਪਾਰਲੀਮੈਂਟੀ ਸੈਕਟਰੀ ਫਰਾਂਸਿਸਕੋ ਸੋਰਬਾਰਾ ਨੇ ਆਖਿਆ ਕਿ ਬੈਨੀਫਿਟਸ ਵਿੱਚ ਰੁਕਾਵਟ ਤੋਂ ਬਚਣ ਲਈ ਕੈਨੇਡੀਅਨਸ ਨੂੰ ਟੈਕਸ ਸਮੇਂ ਸਿਰ ਫਾਈਲ ਕਰਨਾ ਚਾਹੀਦਾ ਹੈ ਅਮਰੀਕਾ ਦਾ ਰੋਕ ਕਰੀਏ ਤਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕੋਵਿਡ ਟੀਕਾਕਰਨ ਮੁਹਿੰਮ ਅਤੇ ਉਮਰ ਦੇ ਆਧਾਰ ਉਤੇ ਲਗੀਆਂ ਪਾਬੰਦੀਆਂ ਨੂੰ ਖਤਮ ਕਰ ਦਿੱਤਾ। ਉਹਨਾਂ ਐਲਾਨ ਕੀਤਾ ਕਿ ਹੁਣ ਅਮਰੀਕਾ ਦੇ ਸਾਰੇ ਬਾਲਗ ਨਾਗਰਿਕ ਕਰੋਨਾ ਦੀ ਵੈਕਸੀਨ ਲਵਾ ਸਕਦੇ ਨੇ। ਬਾਈਡਨ ਨੇ ਮਹੀਨਾ ਪਹਿਲਾਂ ਹੀ 1 ਮਈ ਤੋਂ ਸਾਰੇ ਨਾਗਰਿਕਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਬਣਾਈ ਸੀ ਪਰ ਉਹਨਾਂ ਨੇ ਇਸ ਦਾ ਐਲਾਨ ਦੋ ਹਫ਼ਤੇ ਪਹਿਲਾਂ ਹੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਕਈ ਸੂਬਿਆਂ ਨੇ ਸਾਰੇ ਬਾਲਗ ਨਾਗਰਿਕਾਂ ਨੂੰ ਵੈਕਸੀਨ ਦੇਣ ਦੀ ਯੋਜਨਾ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ। ਇਸ ਵਿੱਚ ਵਾਸ਼ਿੰਗਟਨ ਡੀਸੀ ਅਤੇ ਪਿਊਰਟੋ ਰੀਕੋ ਸ਼ਾਮਿਲ ਹਨ ਇਸ ਤੋਂ ਬਾਅਦ ਸੋਮਵਾਰ ਨੂੰ ਹਵਾਈ ਮੈਸਚੂਸ ਨਿਊ ਜਰਸੀ ਓਰੀਗਨ ਰੋਡ ਆਇਲੈਂਡ ਅਤੇ ਵਰਮਾਂਟ ਨੇ ਵੀ ਆਪਣੇ ਨਾਗਰਿਕਾਂ ਨੂੰ ਟੀਕਾ ਲਗਵਾਉਣ ਦਾ ਐਲਾਨ ਕਰ ਦਿੱਤਾ ਸੀ ਇਸ ਕਾਰਨ ਬਾਈਡਨ ਨੇ ਸਮੇਂ ਤੋਂ ਪਹਿਲਾਂ ਹੀ ਪੂਰੇ ਮੁਲਕ ਵਿੱਚ ਬਾਲਗ ਆਬਾਦੀ ਨੂੰ ਵੈਕਸੀਨ ਦੇਣ ਦਾ ਐਲਾਨ ਕੀਤਾ ਹੈ ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਸੈਂਟਰ ਸੀਡੀਸੀ ਨੇ ਦੱਸਿਆ ਕਿ ਕਰੀਬ ਅੱਧੇ ਅਮਰੀਕੀ ਬਾਲਗਾਂ ਨੂੰ ਕਰੋਨਾ ਦੀ ਵੈਕਸੀਨ ਦੀ ਇੱਕ ਡੋਜ਼ ਲਗਾਈ ਜਾ ਚੁੱਕੀ ਹੈ ਇਹਨਾਂ ਵਿੱਚੋਂ 32.5 ਫੀਸਦੀ ਬਾਲਗਾਂ ਨੂੰ ਵੈਕਸੀਨ ਦੀਆਂ ਦੋਹਾਂ ਖੁਰਾਕਾਂ ਲਗਾਈਆਂ ਗਈਆਂ ਹਨ ਦਾਵਾ ਕੀਤਾ ਗਿਆ ਹੈ ਜੇ ਹੁਣ ਵੀ ਸਪੀਡ ਨਾਲ ਲੋਕਾਂ ਦਾ ਟੀਕਾਕਰਨ ਕੀਤਾ ਜਾਂਦਾ ਤਾਂ ਅਮਰੀਕਾ ਵਿੱਚ ਜੂਨ ਦੇ ਅੱਧ ਵਿਚਾਲੇ 70% ਆਬਾਦੀ ਨੂੰ ਟੀਕੇ ਦੀ ਖੁਰਾਕ ਦਿੱਤੀ ਜਾ ਸਕੀਗੀ ਅਮਰੀਕਾ ਨੇ ਤਾਂ ਮਈ ਦੇ ਆਖਿਰ ਤੱਕ ਆਪਣੀ ਪੂਰੀ ਬਾਲਗ ਆਬਾਦੀ ਨੂੰ ਕਰੋਨਾ ਦਾ ਟੀਕਾ ਲਗਾਉਣ ਦਾ ਪਲਾਨ ਬਣਾਇਆ ਹੋਇਆ ਹੈ ਫੌਕਸ ਹੈ ਗੁੱਡ ਨਿਊਜ਼ ਐਵਰੀਬਾਡੀ ਇਜ਼ ਐਲੀਜੀਬਲ ਐਜ਼ ਆਫ ਟੂਡੇ ਟੂ ਗੈਟ ਦ ਵੈਕਸੀਨ ਵੀ ਹੈਵ ਏਨਫ ਆਫ ਇਟ ਯੂ ਨੀਡ ਟੂ ਬੀ ਪ੍ਰੋਟੈਕਟਿਡ ਐਂਡ ਯੂ ਨੀਡ ਟੂ ਟਰਨ ਟੂ ਪ੍ਰੋਟੈਕਟ ਯੂਰ ਨੇਬਰਸ ਐਂਡ ਯੂਰ ਫੈਮਿਲੀ ਸੋ ਪਲੀਜ਼ ਕਿਤੇ ਵੈਕਸੀ ਤੇ ਕਈ ਸਾਲਾਂ ਤੱਕ ਅਫਗਾਨਿਸਤਾਨ ਦੀ ਸੁਰੱਖਿਆ ਵਿੱਚ ਲੱਗੇ ਅਮਰੀਕਾ ਨੇ ਆਪਣੀ ਫੌਜ ਦੀ ਵਾਪਸੀ ਤੋਂ ਬਾਅਦ ਦੀ ਸੁਰੱਖਿਆ ਤੋਂ ਪੱਲਾ ਛੱਡ ਲਿਆ ਉਹਨਾਂ ਆਖਿਆ ਕਿ ਫੌਜ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਦੀ ਰੱਖਿਆ ਦੀ ਕੋਈ ਗਾਰੰਟੀ ਨਹੀਂ ਲੈ ਸਕਦਾ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ NSA ਜੈਕ ਸੋਲੇਵਨ ਨੂੰ ਸਵਾਲ ਕੀਤਾ ਗਿਆ ਸੀ ਕਿ 2011 ਵਿੱਚ ਜਦੋਂ ਇਰਾਕ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਇਸਲਾਮਿਕ ਸਟੇਟ IS ਨੇ ਕਬਜ਼ਾ ਕਰ ਲਿਆ ਸੀ ਉਦੋਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁਬਾਰਾ ਫੌਜ ਭੇਜੀ ਸੀ ਤੇ ਇਸ ਤਰ੍ਹਾਂ ਅਫਗਾਨਿਸਤਾਨ ਵਿੱਚੋਂ ਫੌਜ ਵਾਪਸੀ ਪਿੱਛੋਂ ਅਜਿਹੇ ਹਾਲਾਤ ਬਣੇ ਤਾਂ ਅਮਰੀਕਾ ਕੀ ਕਰੇਗਾ ਜੈਕ ਸੋਲੇਵਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਦੁਬਾਰਾ ਫੌਜ ਭੇਜਣ ਦੀ ਕੋਈ ਮਨਸ਼ਾ ਨਹੀਂ ਕੋਈ ਵੀ ਫੌਜ ਦੀ ਵਾਪਸੀ ਤੋਂ ਬਾਅਦ ਸੁਰੱਖਿਆ ਦੀ ਗਰੰਟੀ ਨਹੀਂ ਲੈ ਸਕਦਾ ਅਸੀਂ ਅਫਗਾਨਿਸਤਾਨ ਨੂੰ ਸਮਰੱਥ ਬਣਾਉਣ ਵਿੱਚ ਪੂਰੀ ਮਦਦ ਕੀਤੀ ਹੈ ਉਹਨਾਂ ਦੇ ਸੁਰੱਖਿਆ ਦਸਤਿਆਂ ਨੂੰ ਤਾਕਤ ਵਧਾਉਣ ਲਈ ਵਸੂਲੇ ਦਿੱਤੇ ਹਨ ਮਸ਼ੀਨਰੀ ਦੇ ਕੇ ਸਮਰੱਥਾ ਦਾ ਵਾਅਦਾ ਕੀਤਾ ਸਿਖਲਾਈ ਦਿੱਤੀ ਹੈ ਇਹ ਸਮਾਂ ਸਾਡੇ ਸੁਰੱਖਿਆ ਦਸਤਿਆਂ ਦੀ ਵਾਪਸੀ ਦਾ ਹੈ ਇੱਥੋਂ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਬਾਰੇ ਖੁਦ ਕਦਮ ਵਧਾਉਣੇ ਪੈਣਗੇ